ਬਾਦਸ਼ਾਹ ਦਰਵੇਸ਼ ਸਾਹਿਬ ਏ ਕਮਾਲ ਸਰਬੰਸ ਦਾਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 350 ਸਾਲਾ ਪ੍ਰਕਾਸ਼ ਉਤਸਵ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਬੜੀ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਸੰਗਤਾਂ ਸਵੇਰੇ ਤੋਂ ਹੀ ਸੱਚਖੰਡ ਸ਼੍ਰੀ ਦਰਬਾਰ ਸਾਹਿਬ, ਸ਼੍ਰੀ ਅਕਾਲ ਤਖ਼ਤ ਸਾਹਿਬ ਅਤੇ ਗੁਰਦੁਆਰਾ ਬਾਬਾ ਅਟਲ ਰਾਏ ਸਾਹਿਬ ਵਿਖੇ ਲੱਖਾਂ ਦੀ ਗਿਣਤੀ ਵਿੱਚ ਨਤਮਸਤਕ ਹੋਈਆਂ ਅਤੇ ਇਸ ਮੌਕੇ ਇੱਥੇ ਸੁੰਦਰ ਜਲੌ ਵੀ ਸਜਾਏ ਗਏ। ਸੰਗਤਾਂ ਨੇ ਗੁਰਬਾਣੀ ਕੀਰਤਨ ਕਰਕੇ ਗੁਰਦੁਆਰਾ ਸਾਹਿਬ ਵਿਖੇ ਆਪਣੀ ਹਾਜ਼ਰੀ ਲਗਾਈ। ਇਸ ਮੌਕੇ ਤੇ ਗੱਲਬਾਤ ਕਰਦਿਆਂ ਸਿੰਘ ਸਾਹਿਬ ਗਿਆਨੀ ਸੁਖਜਿੰਦਰ ਸਿੰਘ ਨੇ ਜਿੱਥੇ ਗੁਰੂ ਪਾਤਸ਼ਾਹ ਦੇ ਜੀਵਨ ਬਾਰੇ ਝਾਤ ਪਾਈ, ਉੱਥੇ ਹੀ ਪੂਰੀ ਮਾਨਵਤਾ ਨੂੰ ਇਸ ਦਿਹਾੜੇ ਦੀ ਵਧਾਈ ਵੀ ਦਿੱਤੀ। ਅੱਜ ਬਹੁਤ ਹੀ ਮਹਾਨ ਪਾਵਨ ਪੁਰਬ ਹੈ। ਅੱਜ ਦੇ ਸ਼ੁਭ ਦਿਹਾੜੇ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ, ਪਿਤਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਮਾਤਾ ਗੁਜਰੀ ਜੀ ਦੇ ਗ੍ਰਹਿ ਪਟਨਾ ਸਾਹਿਬ ਦੀ ਪਾਵਨ ਧਰਤੀ 'ਤੇ ਆਪਣਾ ਅਵਤਾਰ ਧਾਰਿਆ। ਤਿੰਨਾਂ ਸਤਿਗੁਰਾਂ ਦਾ ਪ੍ਰਕਾਸ਼ ਗੁਰਪੁਰਬ ਪਟਨਾ ਸਾਹਿਬ ਦੀ ਪਾਵਨ ਧਰਤੀ 'ਤੇ, ਜਿੱਥੇ ਸਿੱਖਾਂ ਦਾ ਮਹਾਨ ਤਖ਼ਤ ਹਰਿਮੰਦਰ ਸਾਹਿਬ ਹੈ, ਬਹੁਤ ਸ਼ਰਧਾ ਪਿਆਰ ਸਹਿਤ ਲੱਖਾਂ ਸੰਗਤਾਂ ਪਿਆਰ ਨਾਲ ਮਨਾ ਰਹੀਆਂ ਹਨ। ਉੱਥੇ ਹੀ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਮਹਾਨ ਪਾਵਨ ਪਵਿੱਤਰ ਸਥਾਨ, ਜਿੱਥੇ ਸਾਡੇ ਸਭ ਨੇ ਤੁਰਜੇ ਆ, ਬਦਪੁਰਖ ਦਾਤੂ ਸੋਹਿਆ ਦੇ ਪਾਵਨ ਪਵਿੱਤਰ ਸਥਾਨ, ਬੇਅੰਤ ਸੰਗਤਾਂ ਸਤਿਗੁਰਾਂ ਦਾ ਪ੍ਰਕਾਸ਼ ਗੁਰਪੁਰਬ ਸ਼ਰਧਾ ਪਿਆਰ ਭਾਵਨਾ ਨਾਲ ਮਨਾ ਰਹੀਆਂ ਹਨ। ਇਸ ਸ਼ੁਭ ਸਮੇਂ 'ਤੇ ਸੁਦਾਸ ਦੇਸ਼ ਵਿਦੇਸ਼ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੰਦਾ ਹੈ। ਅਸੀਂ ਯਤਨ ਕਰੀਏ, ਉਹ ਸਤਿਗੁਰਾਂ ਨੇ ਥੋੜ੍ਹੇ ਕੁ ਸਮੇਂ ਅੰਦਰ ਸੋ ਇਸ ਕੌਮ ਨੂੰ, ਇਸ ਦੇਸ਼ ਨੂੰ, ਵਿਦੇਸ਼ ਨੂੰ ਸੋ ਚੰਗਾ ਜੀਵਨ ਦਿੱਤਾ ਔਰ ਦੱਬੇ ਹੋਏ ਲੋਕਾਂ ਨੂੰ ਉੱਚਿਆਂ ਉਠਾਇਆ, ਤਲਵਾਰ ਚੁੱਕ ਕੇ ਆਪਣੇ ਹੱਕ ਲੈਣ ਦਾ ਢੰਗ ਸਿਖਾਇਆ। ਉਹਨਾਂ ਸਤਿਗੁਰਾਂ ਦੇ ਪਾਏ ਹੋਏ ਪੂਰਨਿਆਂ 'ਤੇ ਸਾਨੂੰ ਚੱਲਣ ਦੀ ਲੋੜ ਹੈ, ਤਾਂ ਕਿ ਸਾਡਾ ਲੋਕ ਪਲੋਕ ਸੌਰ ਸਕੇ, ਸਾਡੇ ਪਰਿਵਾਰਾਂ ਵਿੱਚ ਸੁੱਖ ਆਨੰਦ ਆ ਸਕੇ। ਜਦੋਂ ਵੀ ਸਤਿਗੁਰਾਂ ਦੇ ਪ੍ਰਕਾਸ਼ ਗੁਰਪੁਰਬ ਆਉਂਦੇ ਹਨ, ਉਸ ਸਮੇਂ 'ਤੇ ਇਹ ਜਲੌ ਸਜਾਏ ਜਾਂਦੇ ਹਨ, ਜਿਹੜੇ ਸੰਗਤਾਂ ਦੂਰ ਦੁਰਾਡੇ ਦਾ ਦਰਸ਼ਨ ਦਿਦਾਰੇ ਕਰਦੀਆਂ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਮੌਕੇ ਸ਼ਰਧਾਲੂਆਂ ਦਾ ਕਹਿਣਾ ਸੀ ਕਿ ਅਸੀਂ ਇੱਥੇ ਪਰਿਵਾਰਾਂ ਸਮੇਤ ਹਾਜ਼ਰੀਆਂ ਭਰ ਕੇ ਗੁਰੂ ਘਰ ਦੀਆਂ ਬਖਸ਼ਿਸ਼ਾਂ ਲਈਆਂ ਹਨ। ਉਹਨਾਂ ਕਿਹਾ ਕਿ ਇੱਥੇ ਸਵਰਗ ਦਾ ਨਜ਼ਾਰਾ ਹੈ ਅਤੇ ਗੁਰੂ ਘਰ ਵਿੱਚ ਸੁੰਦਰ ਜਲੌ ਦੇ ਦਰਸ਼ਨ ਕਰਕੇ ਉਹਨਾਂ ਦੇ ਮਨ ਨੂੰ ਬਹੁਤ ਸ਼ਾਂਤੀ ਮਿਲੀ ਹੈ। ਅੰਦਰ ਅਸੀਂ ਜਲੌ ਦੇ ਦਰਸ਼ਨ ਕੀਤੇ ਤੇ ਬਹੁਤ ਵਧੀਆ ਲੱਗਾ, ਨਿਹਾਲ ਹੋ ਗਏ ਉੱਥੇ ਜਾ ਕੇ। ਇਹ ਇੱਕ ਪਵਿੱਤਰ ਜਗ੍ਹਾ ਹੈ ਜਿੱਥੇ ਆ ਕੇ ਮਤਲਬ ਮਨ ਸ਼ਾਂਤ ਹੋ ਜਾਂਦਾ।